ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਸਿਖਲਾਈ ਅਤੇ ਗੁਰਬਾਣੀ ਸੰਥਿਆ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਸਾਨੂੰ ਭਾਗ ਲੈ ਕੇ ਬਹੁਤ ਹੀ ਖੁਸ਼ੀ ਹੋਈ ਅਤੇ ਮੈਂ ਇਸ ਗੁਰਬਾਣੀ ਸੰਥਿਆ ਵਿੱਚ ਫਸਟ ਵੀ ਆਇਆ ਹਾਂ, ਜਿਸ ਨਾਲ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਵੀ ਦਿੱਤਾ ਗਿਆ ਹੈ ਅਤੇ ਅਸੀਂ ਇਸ ਗੁਰਬਾਣੀ ਸੰਥਿਆ ਕੈਂਪ ਵਿੱਚ ਭਾਗ ਲੈ ਕੇ ਬਹੁਤ ਖੁਸ਼ ਹੋਏ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਕੈਂਪ ਸਾਰੇ ਪਿੰਡਾਂ ਵਿੱਚ ਲਗਾਏ ਜਾਣ ਅਤੇ ਸਾਰੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਵਿੱਚ ਦਸਤਾਰ ਸਿਖਲਾਈ ਅਤੇ ਗੁਰਬਾਣੀ ਦਾ ਕੈਂਪ ਲੱਗਿਆ, ਜਿਸ ਵਿੱਚ ਅਸੀਂ ਸਾਰਿਆਂ ਨੇ ਭਾਗ ਲਿੱਤਾ ਅਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ। ਇਸ ਵਿੱਚ ਸਾਨੂੰ ਮੈਡਲ ਵੀ ਦਿੱਤੇ ਗਏ। ਅਸੀਂ ਚਾਹੁੰਦੇ ਹਾਂ ਇਹ ਕੈਂਪ ਸਾਰਿਆਂ ਪਿੰਡਾਂ ਵਿੱਚ ਲਗਾਏ ਜਾਣ, ਜਿਸ ਵਿੱਚ ਸਿੱਖਿਆ ਸਾਰਿਆਂ ਬੱਚਿਆਂ ਨੂੰ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ 9 ਤਰੀਕ ਤੋਂ ਸਟਾਰਟ ਸੀਗਾ ਅਤੇ 11 ਦਿਨਾਂ ਦਾ ਕੈਂਪ ਪਿੰਡ ਰਾਮਪੁਰਾ ਜਵਾਹਰਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਲਾਇਆ ਗਿਆ। ਛੋਟੇ ਛੋਟੇ ਬੱਚਿਆਂ ਅਤੇ ਨੌਜਵਾਨ ਬੱਚਿਆਂ ਦਾ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਤਕਰੀਬ 50-55 ਬੱਚਿਆਂ ਨੇ ਗੁਰਬਾਣੀ ਦੀ ਸੰਥਿਆ ਲਈ ਅਤੇ ਦਸਤਾਰ ਦੀ ਸਿਖਲਾਈ ਲਈ ਅਤੇ ਸਾਰੇ ਨਗਰ ਦੇ ਵਿੱਚ ਅਤੇ ਸਾਡੇ ਨੌਜਵਾਨ ਬੱਚਿਆਂ 'ਚ ਬੜਾ ਉਤਸ਼ਾਹ ਮਿਲਿਆ, ਕਿਉਂਕਿ ਸਿੱਖੀ ਦੇ ਅਮੀਰ ਵਿਰਸੇ ਨੂੰ ਜਾਣਨ ਲਈ ਅਤੇ ਸਿੱਖੀ ਦੇ ਅਮੀਰ ਵਿਰਸੇ 'ਚ ਲਿਵਰੇਜ ਹੋਣ ਲਈ ਇਹ ਜੋ ਇਸ ਤਰ੍ਹਾਂ ਦੇ ਕੈਂਪ ਨੇ ਆਯੋਜਨ ਕੀਤੇ ਜਾਂਦੇ ਨੇ, ਕਿਉਂਕਿ ਜੋ ਨੌਜਵਾਨ ਪੀੜ੍ਹੀ ਹੈ ਉਹਨੂੰ ਸਿੱਖੀ ਨਾਲ ਜੋੜਨ ਲਈ, ਜਿਹੜੀ ਪਤਤ ਪੁਣੇ ਵੱਲ ਵਧ ਰਹੀ ਹੈ ਉਹ ਪਤਤ ਪੁਣੇ ਨੂੰ ਠੱਲ ਪਾਉਣ ਲਈ ਇਸ ਤਰ੍ਹਾਂ ਦੇ ਜੋ ਆਯੋਜਨ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਪਿੰਡ ਵਿੱਚ ਇਹ ਕੈਂਪ ਲਾਏ ਜਾਂਦੇ ਨੇ ਅਤੇ ਇਹ ਤਕਰੀਬਨ ਇਸ ਹਲਕੇ ਦੇ ਵਿੱਚ 40 ਤੋਂ ਉੱਪਰ ਪਿੰਡਾਂ ਵਿੱਚ ਇਹ ਕੈਂਪ ਲੱਗ ਚੁੱਕੇ ਨੇ। ਇਹ ਕੈਂਪ ਨਿਰੰਤਰ ਜਾਰੀ ਨੇ ਅਤੇ 2 ਦਿਨਾਂ ਦੀ ਬ੍ਰੇਕ ਤੋਂ ਬਾਅਦ ਫਿਰ 10 ਦਿਨਾਂ ਦਾ ਕੈਂਪ 2 ਪਿੰਡ ਲੈਂਦੇ ਹਾਂ। ਕੱਲ੍ਹ ਨੂੰ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਵਿਖੇ ਇਸ ਕੈਂਪ ਦੀ ਇਸ ਤਰ੍ਹਾਂ ਦਾ ਕੈਂਪ ਲਾਇਆ ਹੋਇਆ, ਉਹਦੀ ਸਮਾਪਤੀ ਹੈ। ਸੋ ਇਸ ਕਰਕੇ ਇਹ ਅੱਜ ਸਮੇਂ ਦੀ ਲੋੜ ਹੈ। ਗੁਰਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ, ਕਿਉਂਕਿ ਗੁਰਬਾਣੀ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਗੁਰਬਾਣੀ ਸਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਦੱਸਦੀ ਹੈ। ਇਸ ਤਰ੍ਹਾਂ ਦੇ ਬੱਚਿਆਂ ਨੂੰ ਇਹ ਪ੍ਰੇਰਿਤ ਕਰਨਾ, ਗੁਰਬਾਣੀ ਨੂੰ ਸੁਣਨਾ, ਗੁਰਬਾਣੀ ਨੂੰ ਪੜ੍ਹਨਾ, ਉਹਦੇ ਨਾਲ ਨਾਲ ਗੁਰਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਗੁਰਬਾਣੀ ਦੀ ਸੰਥਿਆ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਅਤੇ ਇਹ ਕੈਂਪ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਮੈਂ ਜਿੱਥੇ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਕੈਂਪ ਸ਼ਮੂਲੀਅਤ ਕੀਤੀ ਹੈ ਉਹਨਾਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਪ੍ਰੇਰ ਕੇ ਸ਼ਮੂਲੀਅਤ ਕਰਾਈ, ਇੱਥੋਂ ਦੇ ਲੋਕਲ ਪ੍ਰਬੰਧਕ ਕਮੇਟੀ, ਸਮੁੱਚੀ ਪੰਚਾਇਤ ਦਾ ਧੰਨਵਾਦ, ਦੀਆਂ ਨਗਰ ਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ।